वेलकम बैक टू बबुल विद धर्मन ਜਿਹੜਾ ਕੰਮ ਵਿਰਾਟ ਕੋਹਲੀ ਮੈਕਸਵੈਲ ਐਬਿਡ ਵਿਲੀਅਰਸ ਤੇ ਹੋਰ अनेਕਾਂ ਨੇ ਟਰਾਈ ਕੀਤਾ ਉਹ ਕੰਮ ਸਮ੍ਰਿਤੀ ਮਦਾਨਾ ਐਲਸ ਪੈਰੀ ਤੇ ਰੇਨੂ ਠਾਕੁਰ ਨੇ ਕਰਕੇ ਦਿਖਾਤਾ ਤੇ ਆਰਸੀਬੀ ਦੇ ਮੀਮਰਜ਼ ਨੂੰ ਵੀ ਜਵਾਬ ਦੇਤਾ ਜਿਹਦੇ ਵਿੱਚ ਰਾਇਲ ਚੈਲੈਂਜਰ ਬੰਗਲੌਰ ਨੇ ਫਾਈਨਲ ਮੈਚ ਜਿੱਤ ਕੇ ਪਹਿਲੀ ਵਾਰੀ ਆਈਪੀਐਲ ਦਾ ਤਗਮਾ ਹਾਸਲ ਕੀਤਾ ਐਲੀਮੀਨੇਟਰਸ ਵਿੱਚ ਐਲਸ ਪੈਰੀ ਇੱਕ ਵਾਰੀ ਫੇਅਰ ਮੁੰਬਈ ਇੰਡੀਅਨਸ ਦੇ ਸਾਹਮਣੇ ਆ ਕੇ ਖੜੀ ਹੋ ਗਈ ਤੇ 66 ਰਨਾਂ ਦੀ ਸ਼ਾਨਦਾਰ ਪਾਰੀ ਦੇ ਨਾਲ ਮੁੰਬਈ ਇੰਡੀਅਨਸ ਨੂੰ ਹਰਾਇਆ ਵੈਸੇ ਤਾਂ ਮੁੰਬਈ ਇੰਡੀਅਨਸ ਜਿੱਤਦੀ ਲੱਗ ਰਹੀ ਸੀ ਸਿਰਫ ਉਹਨਾਂ ਨੇ 20 ਰਨ ਮਾਰਨੇ ਸੀਗੇ 3 ਓਵਰਾਂ ਦੇ ਵਿੱਚ ਬਟ ਐਟ ਦਾ ਐਂਡ ਉਹ ਕਲੈਪਸ ਕਰ ਗਏ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਫਾਈਨਲਸ ਵਿੱਚ ਆਰਸੀਬੀ ਨੇ ਪੂਰਾ 올 ਰੌਂਡ ਪਰਫਾਰਮ ਕਰਕੇ ਡੀਸੀ ਨੂੰ ਸਿਰਫ 113 ਰਨਸ ਦੇ ਉੱਤੇ ਰੋਕਿਆ ਤਿੰਨ ਬਾਲ ਰਹਿੰਦਿਆਂ 8 ਵਿਕਟਾਂ ਦੇ ਨਾਲ ਮੈਚ ਜਿੱਤ ਕੇ ਆਈਪੀਐਲ ਦਾ ਖਿਤਾਬ ਆਪਣੇ ਨਾਮ ਕੀਤਾ ਐ ਇਧਰੋਂ ਵਿਰਾਟ ਕੋਲ ਵੀ ਸਿਰ੍ਹਾ ਲਾ ਰਹੇ ਨੇ ਵੀਡੀਓ ਕਾਲ ਤੇ ਨੱਚ-ਨੱਚ ਕੇ ਪੂਰੀ ਸੈਲੀਬ੍ਰੇਸ਼ਨ ਹੋ ਰਹੀ ਆ ਨਿਆਰੇ ਬੰਨੇ ਪਏ ਨੇ ਸਿਰ੍ਹਾ ਲਾਦਾ ਕਹਿੰਦਾ ਕੁੜੀਆਂ ਨੇ ਕਦੇ ਹੁਣ ਸਾਡੀ ਵਾਰੀ ਆ ਦੇਖੋ ਆਰਸੀਬੀ ਐਤ ਕੀ ਮੈਂਸ ਆਈਪੀਐਲ ਤੇ ਜਿੱਤਦੇ ਆ ਕਿ ਨਹੀਂ ਬਾਕੀ ਵਿਰੋ ਰੰਗ ਬੰਨੇ ਪਏ ਨੇ ਨਿਆਰੇ ਬੰਨੇ ਪਏ ਨੇ बॉलिंग ਦੇ ਵਿੱਚ ਸ਼੍ਰੀ ਯੰਕਾ ਪਾਟੇਲ ਨੇ 4 ਵਿਕਟਾਂ ਲੈ ਕੇ ਤੇ ਸਿਰਫ 12 ਰਨ ਦਿੱਤੇ ਤੇ ਡੀਸੀ ਦੀ ਪਾਰੀ ਨੂੰ 113 ਰਨ ਤੇ ਰੋਕਿਆ ਜਵਾਬ ਦੇ ਵਿੱਚ ਸਮ੍ਰਿਤੀ ਮੈਦਾਨਾ ਐਂਡ ਸੋਫੀਆ ਡਿਵਾਈਨ ਨੇ ਬਹੁਤ ਵਧੀਆ ਬੈਟਿੰਗ ਕਰਦੇ ਆ ਪਹਿਲੀ ਵਿਕਟ ਦੇ ਲਈ 49 ਰੰਸ ਜੁੜੇ ਤੇ ਨਾਲ ਹੀ ਤੇ ਐਲਸ ਪੈਰੀ ਨੇ 35 ਰੰਨਾਂ ਦੀ ਬਹੁਤ ਖੂਪਾਰੀ ਖੇਡ ਕੇ ਇੱਕ ਵਾਰੀ ਫੇਰ ਮੈਚ ਨੂੰ ਐਂਡ ਤੱਕ ਅੰਜਾਮ ਦਿੱਤਾ ਐਲਸ ਪੈਰੀ 347 ਰੰਸ ਦੇ ਨਾਲ orange cap ਦੇ ਹੱਕਦਾਰ ਰਹੇ ਇਹ ਲੈ 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 ਆ ਚੱਕ ਟੁੱਟਿਆ ਗਲਾਸ ਗੱਡੀ ਦਾ ਤੇ ਜਦੋਂ ਅਸੀਂ ਤੋੜਦੇ ਹੁੰਦੇ ਸੀ ਸ਼ੀਸ਼ੇ ਉਦੋਂ ਸਾਨੂੰ ਲੁਕਣ ਨੂੰ ਥਾਂ ਨਹੀਂ ਲੱਭਦੀ ਹੁੰਦੀ ਸੀ ਭੱਜਦੇ ਫਿਰਦੇ ਹੁੰਦੇ ਸੀ ਇਹ ਤੇ ਇਧਰੋਂ ਟਾਟਾ ਹੋਣੀ ਇਹਨਾਂ ਨੂੰ ਗਿਫਟ ਕਰਦੇ ਨੇ ਜਿਹੜੀ ਗੱਡੀ ਦਾ ਗਲਾਸ ਤੋੜਿਆ ਉਹੀ ਗਲਾਸ ਗਿਫਟ ਰਿਹਾ ਐਲਸਪੈਰੀ ਨੂੰ ਕੁੜੀ ਸ਼ਾਨਦਾਰ ਆ ਸ਼੍ਰੇਂਕਾ ਪਾਟਲ ਜਿਨ੍ਹਾਂ ਨੂੰ émerging player of the tournament ਵੀ ਮਿਲਿਆ ਤੇ ਉਹਨਾਂ ਦੇ ਮੋਸਟ ਵਿਕਟਸ ਨੇ 13 ਤੇ ਨਾਲ ਹੀ ਦਿੱਤੀ ਸ਼ਰਮਾ ਪਲੇਅਰ ਆਫ ਦਾ ਟੂਰਨਾਮੈਂਟ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਮੈਂ ਦੱਸਦਾ ਕਿ ਇੱਕ ਹੋਰ ਫਾਈਨਲਸ ਹੋਇਆ ਸੀ ਰੀਸੈਂਟਲੀ ਇੰਡੀਆ ਚ ਜੋ ਕਿ ਰੰਜੀ ਟਰਾਫੀ ਦਾ ਰਿਆ ਅਜਿੰਕੇ ਰਹਾਣੇ ਨੇ ਗਾਬਾ ਦਾ ਤੱਕ ਮੰਡ ਤੋੜਿਆ ਸੀ ਪਰ ਆਪਣਾ ਮੁੰਬਈ ਦਾ ਕਮੰਡ ਨਹੀਂ ਟੁੱਟਣ ਦਿੱਤਾ 42 ਸੈਕਿੰਡ ਟਾਈਮ ਰੰਜੀ ਟਰਾਫੀ ਨੂੰ ਜਿੱਤ ਕੇ ਮੁੰਬਈ 2024 ਦੇ ਵਿੱਚ ਚੈਂਪੀਅਨ ਰਏ ਜਿਵੇਂ ਕਿ ਆਪਾਂ ਨੂੰ ਕਈ ਵਾਰੀ ਨਿਊਜ਼ ਦੇਖਣ ਨੂੰ ਮਿਲਦੀ ਹੁੰਦੀ ਹੈ ਕਿ ਅੱਜਕੱਲ ਦੇ ਪਲੇਅਰਜ਼ ਰੰਜੀ ਟਰਾਫੀ ਨੂੰ ਇੰਨਾ ਸੀਰੀਅਸ ਨਹੀਂ ਲੈ ਰਹੇ ਹੈਗੇ ਨੇ ਬਟ ਅਜਿੰਕੇ ਰਹਾਣੇ ਨੇ ਸੀਨੀਅਰ ਪਲੇਅਰ ਹੋਣ ਦੇ ਬਾਵਜੂਦ ਵੀ ਰੰਜੀ ਟਰਾਫੀ ਖੇਡਦੇ ਰਹੇ ਨੇ ਤੇ ਨਾਲ ਹੀ ਮੈਂ ਉਹਨਾਂ ਦੇ ਟੀਮ ਮੇਟਸ ਦੀ ਗੱਲ ਕਰਾਂ ਤਾਂ ਬਿਲਕੁਲ ਕਰਨੀ ਨੇ ਆਪਣੀ ਰਿਟਾਇਰਮੈਂਟ ਅਨਾਉਂਸ ਕੀਤੀ ਮੈਚ ਦੀ ਪਹਿਲੀ ਇਨਿੰਗਸ ਪ੍ਰਿਥਵੀ ਸ਼ੋ ਦੇ 46 ਤੇ ਸ਼ਾਰਦੂਲ ਠਾਕੁਰ ਦੇ 75 ਰਨਸ ਦੇ ਨਾਲ ਮੁੰਬਈ ਦਾ ਸਕੋਰ ਸੀ 224 ਵਿਦਰਬਾਦੀ ਵਾਰੀ ਨੂੰ ਦਵਲਕੁਲ ਕਰਨੀ ਤੇ ਸ਼ੈਨਜ਼ ਮੁਲਾਨੀ ਨੇ ਤਿੰਨ ਤਿੰਨ ਵੈਕਟਾਂ ਈਚ ਲੈ ਕੇ 105 ਰਨ ਤੇ ਰੋਕਿਆ ਮੁੰਬਈ ਦੀ ਸੈਕੰਡ ਇਨਿੰਗ ਬਹੁਤ ਸ਼ਾਨਦਾਰ ਰਹੀ ਮੁਸ਼ੇਰ ਖਾਨ ਨੇ 136 ਅਜਿੰਕੇ ਰਹਾ ਨੇ 73 ਐਂਡ ਸ਼ਰੇਸ਼ ਅਯਰ ਦੀ 95 ਰੰਸ ਦੀ ਪਾਰੀ ਦੇ ਨਾਲ ਉਹਨਾਂ ਦਾ ਸੈਕੰਡ ਇਨਿੰਗ ਚ ਸਕੋਰ ਰਿਹਾ 418 ਐਂਡ ਸੈਕੰਡ ਇਨਿੰਗ ਵਿਦਰਬਾ ਵੱਲੋਂ ਹਰਸ਼ ਦੂਬੇ ਨੇ ਲਈਆਂ 5 ਵਿਕਟਾਂ ਬਾਕੀ ਮੈਚ ਤਾਂ ਆਲਰੇਡੀ ਵਨ ਸਾਈਡਡ ਹੋ ਹੀ ਗਿਆ ਸੀ ਬਟ ਵਿਦਰਬਾ ਦੇ ਕੈਪਟਨ ਅਕਸ਼ੇ ਵਾਦਕਰ ਉਹਨਾਂ ਨੇ ਮਾਰੇ 102 ਰੰਸ ਨਾਲ ਉਹਨਾਂ ਨੂੰ ਸਪੋਰਟ ਮਿਲਿਆ ਕਰुण ਨਾਇਰ ਦਾ 74 ਰੰਸ ਸੀ ਉਹਨਾਂ ਦੇ ਹਰਸ਼ ਦੂਬੇ 65 ਰੰਸ ਦੇ ਨਾਲ ਬਹੁਤ ਹੀ ਟਫ ਫਾਈਟ ਦਿੱਤੀ ਉਹਨਾਂ ਨੇ ਐਟ ਦਾ ਐਂਡ Easily give up ਕਰ ਸਕਦੇ ਸੀਗੇ ਬਟ ਉਹਨਾਂ ਨੇ ਸੈਕੰਡ ਇਨਿੰਗਸ ਚ 368 ਰਨਸ ਮਾਰ ਕੇ ਮੈਚ ਨੂੰ ਬਹੁਤ ਦਿਲਚਸਪ ਬਣਾ ਕੇ ਰੱਖਿਆ ਤੇ ਰਾਂਜੀ ਟਰਾਫੀ ਦਾ ਫਾਈਨਲ ਬਹੁਤ ਹੀ ਸ਼ਾਨਦਾਰ ਤੇ ਟੱਕਰ ਦਾ ਹੋਇਆ ਮੁਸ਼ੇਰ ਖਾਨ ਨੂੰ ਆਪਣੀ ਸ਼ਾਨਦਾਰ ਪਾਰੀ ਦੇ ਕਰਕੇ ਮਿਲਿਆ ਮੈਨ ਆਫ ਦਾ ਮੈਚ ਅਵਾਰਡ ਤੇ 25 ਸਾਲ ਦੇ ਤਨੁਸ਼ ਕੋਟੀਆਂ ਜਿਨ੍ਹਾਂ ਨੇ 481 ਰਨ ਸਕੋਰ ਕੀਤੇ 2024 ਦੇ ਰਾਂਜੀ ਟਰਾਫੀਸ ਦੇ ਫਾਈਨਲ ਦੇ ਵਿੱਚ ਜਿਨ੍ਹਾਂ ਦੀਆਂ ਚਾਰ ਵਿਕਟਾਂ ਸੀਗੀਆਂ ਤੇ ਮੈਨ ਆਫ ਦਾ ਸੀਰੀਜ਼ ਅਵਾਰਡ ਉਹਨਾਂ ਦੇ ਹਿੱਸੇ ਆਇਆ ਸ਼੍ਰੇਸ਼ ਯਰ ਵੈਸੇ ਦਾ ਪਹਿਲਾਂ ਰਾਂਜੀ ਟਰਾਫੀ ਖੇਡ ਨਹੀਂ ਰਹੀ ਸੀ ਉਹਦੇ ਲਈ ਬਾਹਰ ਲਾਈਮਲਾਈਟ 'ਚ ਰਹੇ ਤੇ ਸੈਕੰਡ ਇਨਿੰਗ ਦੇ ਵਿੱਚ ਜਿਹੜੇ 'ਚ ਉਹਨਾਂ ਨੇ 95 ਰਨ ਮਾਰੇ ਉਹਨਾਂ ਨੂੰ ਬੈਕ ਪੇਨ ਹੋਈ ਐਂਡ ਹੀ ਅੰਡਰਵੈਂਡ ਫॉर ਸਕੈਨ ਤੇ ਵਿਦਰਬਾ ਦੀ ਸੈਕੰਡ ਇਨਿੰਗ ਚ ਉਹ ਫੀਲਡ ਤੇ ਵੀ ਨਹੀਂ ਆਏ ਤੇ ਮੈਂ ਇੱਥੇ ਨਾਲ ਹੀ ਦੱਸਦਾ ਤੇ ਉਹਨਾਂ ਦੇ ਆਈਪੀਐਲ ਦੇ ਵਿੱਚ ਇੱਕ ਦੋ ਕੇਮ ਖੇਡਣੇ ਵੀ ਜੈਪਡੀ ਚ ਲੱਗ ਰਹੇ ਨੇ ਤੇ ਹੁਣ ਜੇ ਇੰਜਰੀ ਦੀ ਗੱਲ ਚੱਲੀ ਪਈ ਆ ਤਾਂ ਆਈਪੀਐਲ ਦੇ ਲੂੰਗੀ ਨਿਗੜੀ ਇਸ ਵਾਰ ਦਾ ਵੀ ਆਈਪੀਐਲ ਨਹੀਂ ਖੇਡ ਰਹੇ ਦੱਸਦਾ ਕਿ ਦਿੱਲੀ ਨੇ 3 ਸਾਲ ਪਹਿਲਾਂ ਉਹਨਾਂ ਨੂੰ ਕ੍ਰੀਡਿਆ ਸੀ ਤੇ 3 ਸਾਲਾਂ ਵਿੱਚ ਉਹਨਾਂ ਨੇ ਦਿੱਲੀ ਵੱਲੋਂ ਇੱਕ ਵੀ ਮੈਚ ਨਹੀਂ ਖੇਡਿਆ ਤੇ ਹੁਣ ਜਿਵੇਂ ਕਿ ਵਰਲਡ ਕੱਪ T20 ਵੀ ਆ ਰਿਹਾ ਵਾ ਤਾਂ ਸਾਊਥ ਅਫਰੀਕਾ ਨੂੰ ਵੀ ਭਾਜਣਾ ਪੈ ਚੁੱਕੀਆਂ ਨੇ ਦੱਸਣਯੋਗ ਹੈ ਕਿ 2017 ਦਾ ਜਦੋਂ ਦਾ ਇਹਨਾਂ ਨੇ ਆਪਣਾ ਡੈਬਿਊ ਕੀਤਾ ਤਾਂ ਇਹਨਾਂ ਨੇ 40 T20 ਮੈਚ ਖੇਡੇ ਐਂਡ ਨੋ ਅਦਰ ਸਾਊਥ ਅਫਰੀਕਨ ਫਾਸਟ ਬੋਲਰ ਪਲੇਡ ਦੈਟ ਮੈਨੀ ਗੇਮਸ ਤੇ ਬਾਕੀ ਇਹ ਤਾਂ ਬ్రో ਬਿਜ਼ਨਸ ਹੀ ਆ ਕਿਸੇ ਨਾ ਕਿਸੇ ਨੇ ਕਿਸੇ ਨੂੰ ਰਿਪਲੇਸ ਕਰ ਹੀ ਦੇਣਾ ਐਂਡ ਹੀ ਹੈਜ਼ ਬੀਨ ਰਿਪਲੇਸਡ ਬਾਈ ਜੈਕ ਫਰਾਂਸਰ ਮੈਕਗੁਰਕ ਬਹੁਤ ਔਖਾ ਨਾਮ ਸੀ ਮੈਂ ਦੋ ਤਿੰਨ ਵਾਰੀ ਟਰਾਈ ਕਰਕੇ ਬੋਲਿਆ ਵਾ ਪਰ ਮੁੰਡਾ ਬਹੁਤ ਸ਼ਾਨਦਾਰ ਆ 21 ਸਾਲਾਂ ਦਾ ਵਾ ਇਹ ਇਹਨੇ ਰਿਕਾਰਡ ਤੋੜਿਆ ਵਾ ਆਪਣਾ ਏਬੀ ਡਿਵਿਲਿਅਰਸ ਦਾ ਸਾਊਥ ਅਫਰੀਕਾ ਵੱਲੋਂ ਖੇਡਦੇ ਆ ਉਹਨਾਂ ਨੇ 31 ਬੋਲਾਂ ਦੇ ਵਿੱਚ ਹੀ 100 ਮਾਰਿਆ ਸੀ ਬਟ ਇਸ ਮੁੰਡੇ ਨੇ ਲਿਸਟ A ਕ੍ਰਿਕਟ ਖੇਡਦੇ ਆ ਸਿਰਫ 29 ਬੋਲਾਂ ਚ 100 ਮਾਰਿਆ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਦਿੱਲੀ ਕੈਪੀਟਲਸ ਦੀ ਟੀਮ ਕਿੰਨੀ ਖਤਰਨਾਕ ਹੋ ਚੁੱਕੀ ਆ ਉਹਨਾਂ ਨੂੰ ਇਹ ਐਕਸ ਫੈਕਟਰ ਚਾਹੀਦਾ ਸੀ ਤੇ ਉਹਨਾਂ ਨੂੰ ਇਹ ਐਕਸ ਫੈਕਟਰ ਮਿਲ ਗਿਆ ਪਹਿਲਾਂ ਤਾਂ ਉਹਨਾਂ ਕੋਲੇ ਹੈਗੇ ਨੇ ਵਰਨਰ ਪ੍ਰਿਥਵੀ ਸ਼ਾ ਫੇਰ ਆ ਜਾਂਦਾ ਉਹਨਾਂ ਕੋਲੇ ਮਿਚਲ ਮਾਰਚ ਤੇ ਬਾਕੀ ਆਪਣੇ ਪੰਤ ਦੀ ਵਾਪਸੀ ਹੋਈ ਚੁੱਕੀ ਆ ਤਾਂ ਦਿੱਲੀ ਕੈਪੀਟਲ ਤੋਂ ਤਾਂ ਬਾਬਾ ਬਚ ਕੇ ਰੋ ਤੇ ਆਈਪੀਐਲ ਦੀ ਹੀ ਇੱਕ ਹੋਰ ਖਬਰ ਹੈਰੀ ਬਰੋਕ ਨੇ ਪਿਛਲੇ ਦਿਨੀ ਹੀ ਅਨਾਉਂਸ ਕੀਤਾ ਸੀ ਆ ਕਿ ਮੈਂ ਆਈਪੀਐਲ ਨਹੀਂ ਖੇਡੂੰਗਾ ਇਸ ਵਾਰੀ ਤੇ ਉਹਨਾਂ ਦਾ ਬਿਆਨ ਆਇਆ ਵਾ ਉਹ ਕਹਿ ਰਹੇ ਨੇ ਕਿ ਮੈਨੂੰ ਲੱਗਦਾ ਹੀ ਸੀ ਜਦੋਂ ਮੈਂ ਆਪਣਾ ਆਈਪੀਐਲ ਤੋਂ ਬੈਕ ਆਊਟ ਕੀਤਾ ਕਿ ਮੈਨੂੰ ਦੱਸਣਾ ਹੀ ਪਊਗਾ ਕਿ ਰੀਜ਼ਨ ਕੀ ਆ ਤੇ ਉਹਨਾਂ ਨੇ ਰੀਜ਼ਨ ਦੱਸਦਿਆਂ ਕਿਹਾ ਕਿ ਪਿਛਲੇ ਦਿਨੀ ਉਹਨਾਂ ਦੇ ਗ੍ਰੈਂਡਮਦਰ ਦੀ ਡੈਥ ਹੋ ਚੁੱਕੀ ਆ ਤਾਂ ਉਹਨਾਂ ਦੀ ਗਰੀਫ ਵਿੱਚ ਉਹ ਇਸ ਆਈਪੀਐਲ 'ਚ ਨਹੀਂ ਖੇਡ ਰਹੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਗ੍ਰੈਂਡਮਦਰ ਦੇ ਬਹੁਤ ਕਲੋਜ਼ ਸੀ ਉਹਨਾਂ ਨੂੰ ਕ੍ਰਿਕਟ ਦੇ ਲਈ ਵੀ ਉਹਨਾਂ ਨੇ ਬਹੁਤ ਪ੍ਰੇਰਿਤ ਕੀਤਾ ਤਾਂ ਉਹਨਾਂ ਨੂੰ ਫੀਲ ਨਹੀਂ ਕਰ ਪਾਰੇ ਕਿ ਵੀ ਉਹ ਚਲੇ ਗਏ ਨੇ ਤੇ ਉਹਨਾਂ ਦਾ ਆਈਪੀਐਲ ਖੇਡਣ ਦੇ ਵਿੱਚ ਹੁਣ ਇੰਟਰਸਟ ਨਹੀਂ ਹੈਗਾ ਇਸ ਟਾਈਮ ਦੇ ਵਿੱਚ ਆਈ ਹੋਪ ਉਹ ਅਗਲੀ ਵਾਰੀ ਆਈਪੀਐਲ ਖੇਡਣ ਤੇ ਆਪਾਂ ਨੂੰ ਟੀ20 ਵਰਲਡ ਕੱਪ ਦੇ ਵਿੱਚ ਵੀ ਦੇਖਣ ਨੂੰ ਮਿਲਣ ਬਾਕੀ ਹੈਰੀ ਬਰੁੱਕ ਦੇ ਨਾਲ ਮੇਰੇ ਵੱਲੋਂ ਉਹਨਾਂ ਨੂੰ ਸਿੰਮਪਥੀ ਹੁਣ ਕ੍ਰਿਕਟ ਦੀ ਗੱਲ ਚੱਲ ਹੀ ਰਹੀ ਆ ਤਾਂ ਆਪਣੇ ਬੈਸਟ ਰਾਈਵਲਸ ਪਾਕਿਸਤਾਨ ਦੀ ਗੱਲ ਕਰਨ ਜਾ ਰਿਹਾ ਹਾਂ ਪਾਕਿਸਤਾਨ ਦੀ ਟੀਮ ਦਾ ਪਰਫਾਰਮੈਂਸ ਵਰਲਡ ਕੱਪ 50 50 ਦੇ ਵਿੱਚ ਬਹੁਤ ਹੀ ਨਿਰਾਸ਼ਾਜਨਕ ਰਿਹਾ ਸੀ ਤੇ ਹੁਣ ਜਿੱਦਾਂ ਅੱਗੇ T20 ਵਰਲਡ ਕੱਪ ਫੇਰ ਆ ਰਿਹਾ ਵਾ ਤਾਂ ਉਹ ਚਾਹੁੰਦੇ ਨੇ ਕਿ ਸਾਡੇ ਮੁੰਡੇ ਆਤਕੀ ਥੋੜਾ ਤਕੜਾ ਹੋ ਕੇ ਖੇਡਣ ਤੇ PCB ਦੇ ਚੇਅਰਮੈਨ ਮੋਸਿਨ ਨਕਵੀ ਨੇ ਅਨਾਉਂਸ ਕੀਤਾ ਕਿ ਸਾਡੀ ਟੀਮ ਸਾਡੇ ਬੱਬਰ ਸ਼ੇਰ ਜਾ ਕੇ ਟ੍ਰੇਨਿੰਗ ਲੈਣਗੇ ਪਹਿਲਾਂ ਆਰਮੀ ਦੇ ਨਾਲ ਫੇਰ ਕਹਿੰਦੇ ਟੱਕਰ ਦੇਣ ਤੁਹਾਨੂੰ ਗਰਾਊਂਡਾਂ 'ਚ ਜਿਹੜੀ 10 ਦਿਨਾਂ ਦੀ ਟ੍ਰੇਨਿੰਗ ਆ ਇਹ ਮਾਰਚ 25 ਤੋਂ ਅਪ੍ਰੈਲ 8 ਤੱਕ ਹੋਣੀ ਆ ਬਾਕੀ ਮੁੰਡੇ ਤਗੜੇ ਹੋਗੇ ਹੁਣ ਆਈ ਹੋਪ ਇਹਨਾਂ ਦੀ ਟ੍ਰੇਨਿੰਗ ਬਹੁਤ ਵਧੀਆ ਹੋਵੇ ਇਹਨਾਂ ਨੇ ਟੱਕਰਨਾ ਆਪਣੇ ਇੰਡੀਆ ਨੂੰ ਨਿਊਯਾਰਕ ਦੇ ਵਿੱਚ ਠੀਕ ਆ ਤੇ ਇਹਨਾਂ ਦਾ ਮੈਚ ਤਗੜਾ ਹੋਵੇ ਤਾਂ ਹੀ ਮੈਚ ਦੇਖਣ ਦਾ ਸਵਾਦ ਆਊਗਾ ਇਧਰ ਆਪਣੇ ਵੀ ਬੱਬਰ ਸ਼ੇਰ ਪੂਰੇ ਟੈਟ ਨੇ ਵਿਰਾਟ ਕੋਹਲੀ ਹੁਣੀ ਹਨਾ ਪੱਟਾਂ ਨੂੰ ਤੇਲ ਲਾਈ ਬੈਠੇ ਨੇ ਕਿ ਆ ਬਈ ਮੁਰੇ ਤੁਹਾਨੂੰ ਦੇਖੀਏ ਭਾਈ ਬਾਕੀ ਤੁਸੀਂ ਆਓ ਹਨਾ ਆਰਮੀ ਅਦਰ ਟ੍ਰੇਨਿੰਗ ਕਰਕੇ ਆਉ ਬੈਠੇ ਨੇ ਮੂਰੇ ਸਾਡੇ ਵਿਰਾਤ ਤੇ ਰਵੀਤ ਹੋਣੀ ਐ ਦਾ ਪੰਤ ਵੀ ਕੀ ਬਣਾ ਸਾਡਾ ਰੈਡੀ ਹੋਵੇ ਜਿੰਨ ਤੱਕ ਜਿੱਥੇ ਜੱਟੋ ਇੰਡੀਆ ਦਾ ਮਸਟ ਅਵੇਟਡ ਆਈਪੀਐਲ ਸ਼ੁਰੂ ਹੋ ਰਿਹਾ ਵਾ ਤੇ ਉਧਰ ਨਾਲ ਹੀ ਪਾਕਿਸਤਾਨ ਦਾ ਪਾਕਿਸਤਾਨ ਸੁਪਰ ਲੀਗ ਖਤਮ ਹੋ ਗਈ ਅੱਜ ਮਲਤਾਨ ਸੁਲਤਾਨ ਰਿਜ਼ਵਾਨ ਜਿਨ੍ਹਾਂ ਦੇ ਕੈਪਟਨ ਨੇ ਤੇ ਨਾਲ ਹੀ ਸ਼ਬਾਦ ਖਾਨ ਦੀ ਟੀਮ ਇਸਲਾਮਾਬਾਦ ਯੂਨਾਈਟਿਡ ਦਾ ਬਹੁਤ ਟੱਕਰਦਾਰ ਮੈਚ ਰਿਹਾ ਮੁਲਤਾਨ ਸੁਲਤਾਨ ਨੇ ਪਹਿਲਾਂ ਬੈਟਿੰਗ ਕਰਦੇ ਆ 159 ਰਨ ਮਾਰੇ ਤੇ 160 ਰਨ ਦਾ ਟਾਰਗੇਟ ਦਿੱਤਾ ਉਸਮਾਨ ਖਾਨ ਨੇ 57 ਰਨ ਮਾਰੇ ਪਾਰੀ ਇਹਨਾਂ ਦੀ ਲੜ ਖੜਾ ਗਈ ਸੀ 17 ਕੋਵਰਾਂ ਬਾਅਦ ਇਹਨਾਂ ਦੇ ਜਦੋਂ 5 ਗਵਕਟਾ ਇਕੱਠੀਆਂ ਡਿਗੀਆਂ ਤਾਂ ਇਦਾਂ ਲੱਗਦਾ ਸੀ ਕਿ 130 ਰਨਾਂ ਤੇ ਹੀ ਆਊਟ ਹੋ ਜਾਣਗੇ ਪਰ ਇਫਤਖਾਰ احمد ਨੇ ਐਟ ਦਾ ਐਂਡ ਬਹੁਤ ਵਧੀਆ ਕੈਮੀਓ ਖੇਡਿਆ ਤੇ 32 ਰਨ 20 ਬੋਲਾਂ ਚ ਮਾਰ ਕੇ ਪਾਰੀ ਨੂੰ ਸਹਾਰਾ ਦਿੱਤਾ ਤੇ 160 ਰਨ ਦਾ ਟਾਰਗੇਟ ਦਿੱਤਾ ਇਸਲਾਮਾਬਾਦ ਯੂਨਾਈਟਿਡ ਨੂੰ ਬੋਲਿੰਗ ਕਰਦੇ ਆ ਇਮਾਦ ਵਸੀਮ ਨੇ 5 ਵਿਕਟਾਂ ਲਈਆਂ ਤੇ ਕੈਪਟਨ ਸ਼ਬਾਦ ਖਾਨ ਨੇ 3 ਵਿਕਟਾਂ ਲਈਆਂ ਮੁਕਾਬਲੇ ਦੀ ਸੈਕਿੰਡ ਇਨਿੰਗ ਚ ਤੀਜਾ ਹਾਸਲ ਕਰਨ ਉਤਰੀ ਇਸਲਾਮਾਬਾਦ ਯੂਨਾਈਟਿਡ ਦੇ ਬੈਟਸਮੈਨ ਨੇ ਵੀ ਬਹੁਤ ਵਧੀਆ ਪਰਫਾਰਮ ਕੀਤਾ ਮਾਰਟਨ ਗੁਪਤਿੰ ਨੇ 50 ਮਾਰੀ ਤੇ ਵੈ ਇਦਾਂ ਲੱਗ ਰਿਹਾ ਸੀ ਕਿ ਮੈਚ ਆਸਾਨੀ ਨਾਲ ਇਸਲਾਮਾਬਾਦ ਯੂਨਾਈਟਿਡ ਜਿੱਤ ਜੂਗੀ ਬਟ ਮੁੰਡੇ ਉਧਰ ਵੀ ਮਲਤਾਨ ਸੁਲਤਾਨ ਦੇ ਕਬੇ ਸੀਗੇ ਤੇ ਉਹਨਾਂ ਨੇ ਪੂਰਾ ਰੋਕ ਕੇ ਰੱਖਿਆ ਐਂਡ ਲੇ ਓਵਰ ਤੱਕ ਇਦਾਂ ਲੱਗ ਰਿਹਾ ਸੀ ਐਟ ਦਾ ਐਂਡ ਕਿ ਵੀ ਹਾਂ ਵੀ ਜਾਂ ਤਾਂ ਇਹ ਮਲਤਾਨ ਸੁਲਤਾਨ ਦੇ ਹੱਥ 'ਚ ਹੀ ਜਾਊਗਾ ਟਾਈਟਲ ਬੱਟ ਮੂਰੇ ਖੜਗੇ ਨਿਸ਼ਮ ਸ਼ਾਹ ਤੇ ਇਮਾਦ ਵਸੀਮ ਨਿਸ਼ਮ ਸ਼ਾਹ ਬੋਲਰ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਬੈਟਿੰਗ ਕਰ ਰਹੇ ਨੇ ਪਿਛਲੇ ਦਿਨੀ ਵੀ ਇਹਨਾਂ ਨੇ ਵਧੀਆ ਬੈਟਿੰਗ ਕਰਕੇ ਪਾਕਿਸਤਾਨ ਨੂੰ ਜਿੱਤ ਦਿਵਾਈ ਸੀਗੀ ਤੇ ਐਤ ਕੀ ਵੀ ਮਲਤਾਨ ਸੁਲਤਾਨ ਦੇ ਮੂਰੇ ਖੜਗੇ ਕਹਿੰਦੇ ਸਲਾਮਾ ਬਾਦ ਯੂਨਾਈਟਿਡ ਹੀ ਕੱਪ ਲੈ ਕੇ ਜਾਊਗਾ ਤੇ ਪਤੰਦਰ ਨੇ 9 ਬੋਲਾਂ 'ਚ 17 ਰਨ ਮਾਰੇ ਐਟ ਦਾ ਐਂਡ ਆਊਟ ਹੋ ਗਿਆ ਉਹਦੋਂ ਮੈਚ ਫਸ ਗਿਆ ਸੀਗਾ ਇੱਕ ਬੋਲ ਤੇ ਇੱਕ ਰਨ ਰਹਿ ਗਿਆ ਸੀਗਾ ਮੈਨੂੰ ਲੱਗਿਆ ਸੀ ਕਿਤੇ ਸੁਪਰ ਓਵਰ ਹੋਊਗਾ ਪਰ ਨਹੀਂ ਐਂਡ 'ਚ ਚੌਕਾ ਮਾਰਿਆ ਹੁਨਾਇਨ ਸ਼ਾਹ ਨੇ ਤੇ ਕੱਪ ਜਿੱਤਿਆ ਇਸਲਾਮਾਬਾਦ ਯੂਨਾਈਟਿਡ ਦੇ ਲਈ ਮੁਬਾਰਕਾਂ ਇਸਲਾਮਾਬਾਦ ਯੂਨਾਈਟਿਡ ਨੂੰ ਤੇ ਇਮਾਦ ਵਸੀਮ ਬਣੇ ਨੇ ਮੈਨ ਆਫ ਦਾ ਮੈਚ ਆਪਣੀਆਂ 5 ਵਿਕਟਾਂ ਕਰਕੇ ਦੇ ਨਾਲ ਹੀ ਮੈਨ ਆਫ ਦਾ ਟੂਰਨਾਮੈਂਟ ਰਹੇ ਨੇ ਸ਼ਬਾਦ ਖਾਨ ਮੁੰਡੇ ਨੇ ਬਹੁਤ ਵਧੀਆ ਪਰਫਾਰਮ ਕੀਤਾ ਪੂਰਾ 올 ਰੌਂਡ ਪਰਫਾਰਮ ਕੀਤਾ ਬ੍ਰਿਲਿਅੰਟ ਸ਼ੋਅ ਸੀਗਾ ਬਾਈ ਦਾ ਪੂਰੇ ਪੀਐਸਐਲ ਦੇ ਵਿੱਚ ਉਹਨਾਂ ਨੇ 14 ਵਿਕਟਾਂ ਲਈਆਂ ਤੇ 305 ਰਨ ਮਾਰੇ ਬਹੁਤ ਵਧੀਆ ਉਹਨਾਂ ਦਾ ਇਹ ਪੀਐਸਐਲ ਰਹਾ ਤੇ ਨਾਲ ਹੀ ਐਟ ਦਾ ਐਂਡ ਉਹਨਾਂ ਨੂੰ ਟਰੋਫੀ ਵੀ ਮਿਲੀ ਤੇ ਮੁਬਾਰਕਾਂ ਇੱਕ ਵਾਰੀ ਫੇਰ ਇਸਲਾਮਾਬਾਦ ਯੂਨਾਈਟਿਡ ਨੂੰ ਸਾਡੇ ਵੱਲੋਂ ਬਾਕੀ ਆਪਾਂ ਮਿਲਦੇ ਆਗਲੀ ਵੀਡੀਓ ਚ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਧੰਨਵਾਦ ਤੁਹਾਡਾ ਸਭ ਦਾ